आपा हिंदू एक मंच से खड़े होके इन्हों दस दी है कि खालिस्तान तुहानू नहीं मिलना और ना तुसी उम्मीद रखियो। ये जिहड़े खालिस्तान जिंदाबाद के नारे लगाई फिरदे ने 2020 दे दुड़ी जांदे ने इन्हां दे हाथ च असी छणकणे देने ने छणकणे वजाउण वास्ते। तुसी तुहाडा साथ चाहीदा, बस तुहाडा साथ चाहीदा। सिख धर्म की हर गतिविधि अते गुरबाणी वास्ते हुणे सबसक्राइब करो गुरबाणी अखंड बाणी अते नोटिफिकेशन्स वास्ते बैल नूं रिंग करो। वाहिगुरु जी का खालसा, वाहिगुरु जी की फतेह। गुरु प्यारे, समय समय सिर RSS या शिवसेना वालों कुछ ना कुछ अजिही बयानबाजी की जाती है जिस दे नाल सिखां दीआं धार्मिक भावनावां आहत हुंदीआं ने, तां फिर ओह उहनां नूं जवाब देना शुरू करदे ने। सूरी ने बीते दिनी जो पोस्टां पा के सिखां बारे कहा उस दे उत्ते सिखां दे लगातार प्रतिक्रम आ रहे ने। सिख सूरी नूं लगातार रिप्लाई दे रहे ने। निहंग सिंह भाई दया सिंह बाबा बकाला तों उहनां ने भी सूरी नूं सीधी चेतावनी दित्ती कि अगर हिम्मत है तां तूं अपने जिन्ने मर्जी बंदियां दा हजूम लैके आ जा, मैं तैनूं कल्ला ही मिल लवांगा, पर आके किते मिल तां सही। वाहिगुरु जी का खालसा, वाहिगुरु जी की फतेह। आप जी दा प्यारा भाई दया सिंह बाबा बकाला साहब, क्योंकि आप जी बहुत ज़्यादा प्यार करन दे पे संगत मेरे नाल देशां विदेशां दीआं। हुण एक गधा हिण करिया वा कल परसों का सोशल मीडिया से बड़ी उहदी वीडियो वायरल हो रही है। मैं उह गधे नूं इह गल कहिंदा वी गधिया तूं कहिंदा 2% सिखिया, तूं अपना 100 बंदा 200 बंदा गधिया लै के ब्यास आ जा ते मैं एक कल्ला ही इत्थे बैठा हूँ, तूं मेरे नाल कल्ले नाल आके गल कर। ओ गधिया, सानूं पता तूं एजेंसियां दा बंदा, तेरा काम आ बकवास करना सिर्फ, होर कोई काम नहीं हैगा तेरा। ते खोत्या, तू अपना नाम बख्श, अपना नाम बदल ला पहला। तो सूरी तेरा नाम, तेरा ना ही चंगा नहीं हैगा ते तू काम की चंगे करने, ते तू बकवास ना करया कर। जिन्हां नूं तू कहिंदा वा भी इन्हां नूं सिख्या दित्ती है अपना, साडे हिंदुआं ने सेनापति बनाए, इन्हां नूं सारा कुछ दित्ता, ते उदों जदों बहू बेटियां चुके लै आंदे सी मुगल, उदों तू कित्थे सी? ਉਦੋਂ ਤੇਰੇ ਵੱਡ ਵਡੇਰੇ ਕਿੱਥੇ? ਗਧਿਆ ਗਧਿਆ, ਤੈਨੂੰ ਅਕਲ ਨਹੀਂ ਹੈਗੀ, ਤੂੰ ਸਿਰਫ ਬਕਵਾਸ ਕਰਨ ਜੋਗਾ ਵਾ। ਤੂੰ 2% ਕਹਿੰਦਾ, ਤੂੰ ਜੇ ਆਪਣੇ ਪਿਓ ਦਾ ਨਾ ਇਹ ਵੀਡੀਓ ਦੇ ਕੋਲ ਪਹੁੰਚਾਓ ਮੇਰੀ, ਜੇ ਵਾਕਈ ਤੂੰ ਆਪਣੇ ਪਿਓ ਦਾ ਵਾ ਤੇ ਤੂੰ ਆ, ਮੈਂ ਇਕੱਲਾ ਇੱਥੇ ਤੇਰੇ ਨਾਲ ਮੁਕਾਬਲਾ ਕਰਦਾ। 100 ਬੰਦਾ ਲੈ ਗਿਆ ਤੂੰ, 200 ਲੈ ਗਿਆ, 120 ਬੰਦਾ ਮੇਰੇ ਨਾਲ ਹੋਰ ਨਹੀਂ ਹੋਊਗਾ। ਤੇਰਾ ਕੰਮ ਆ ਸਿਰਫ ਭੌਂਕਣਾ ਤੇ ਤੂੰ ਭੌਂਕਦਾ ਰਹੀ ਨਾ। ਏਜੰਸੀਆਂ ਦਾ ਤੂੰ ਬੰਦਾ ਵਾ, ਤੇਰੇ 'ਚ ਦਮ ਨਹੀਂ ਹੈਗਾ ਭੌਂਕਣ ਤੋਂ ਬਗੈਰ। ਕਦੀ ਕੋਈ ਕੰਮ ਕੀਤਾ? ਕਦੀ ਵੀ ਕਿਤੇ ਟਾਈਮ ਦੇ ਕੇ ਆਇਆ ਤੂੰ ਰਾਮ ਜਾਦਿਆ? ਚਾਹੇ ਤਾਂ ਕਿਤੇ ਆਇਆ ਹੋਵੇ ਤੂੰ ਦੱਸ ਵੀ ਮੈਂ ਇੱਥੇ ਆਇਆ, ਸਿੰਘ ਨਹੀਂ ਆਏ। ਖੋਤਿਆ, ਖੋਤਿਆਂ ਵਾਲੇ ਕੰਮ ਛੱਡ ਦੇ, ਗਧਿਆਂ ਵਾਲੇ ਕੰਮ ਛੱਡ ਦੇ। ਅਬਲ, ਮੈਂ ਤੇ ਤੈਨੂੰ ਇੱਕ ਹੱਥ ਜੋੜ ਕੇ ਬੇਨਤੀ ਕਰਨਾ ਵੀ ਇੱਕ ਆਪਣਾ ਨਾਂ ਬਦਲ ਲਾ, ਤੂੰ ਆਪਣਾ ਨਾਂ ਕੋ ਹੋਰ ਰੱਖ ਲਾ। ਸੂਰੀ ਨਾਂ ਵੈਸੇ ਚੰਗਾ ਨਹੀਂ ਲੱਗਦਾ, ਗੰਦ 'ਚ ਤੂੰ ਮੂੰਹ ਮਾਰਦਾ ਰਹੀ ਨਾ, ਤੇਰੇ ਮੂੰਹ ਹਮੇਸ਼ਾ ਗੰਦ ਨਿਕਲਦਾ ਰਹਿੰਦਾ। ਨਾਲੇ ਜਿਨ੍ਹਾਂ ਨੂੰ ਤੂੰ ਹਿੰਦੂ ਦੱਸਦਾ ਵਾਂ ਤੇ ਉਹ ਆਪਣਾ ਤੇ ਸਿਰ ਮਨਾਇਆ ਵਾ, ਸਿਰ ਮਨਾ ਕੇ ਤੂੰ ਦਾੜ੍ਹੀ ਰੱਖੀ ਆ, ਤੂੰ ਬੋਧੀ ਰੱਖੀ ਆ, ਮਗਰ ਤੂੰ ਸਿੱਖਾਂ ਦੇ ਵਿੱਚੋਂ ਨਿਕਲ ਕੇ ਹਿੰਦੂ ਬਣਿਆ ਵਾ। ਹਿੰਦੂਆਂ 'ਚੋਂ ਸਿੱਖ ਨਹੀਂ ਨਿਕਲੇ, ਸਿੱਖਾਂ ਦੇ ਵਿੱਚੋਂ ਮੁਸਲਮਾਨ ਨਿਕਲੇ, ਸਿੱਖਾਂ 'ਚੋਂ ਈਸਾਈ ਨਿਕਲੇ, ਸਿੱਖਾਂ 'ਚੋਂ ਹਿੰਦੂ ਨਿਕਲੇ। ਗਧਿਆ, ਕਿਉਂ ਦਿਮਾਗ ਖਰਾਬ ਕਰਦਾ ਰਹੀ ਨਾ ਆਪਣਾ ਤੂੰ ਸਾਰੀ ਦਿਹਾੜੀ? ਤੈਨੂੰ ਅਕਲ ਹੀ ਨਹੀਂ ਹੈਗੀ ਦੀਵਾਨੀ ਦੀ? ਮੈਂ ਬਿਲਕੁਲ ਸੱਚਾਈ ਕਹਿ ਰਿਹਾ ਵਾਂ, ਸਾਰੀ ਦੁਨੀਆ ਮੇਰੀ ਗੱਲ ਨੂੰ ਇਸ ਨੂੰ ਮੰਨੂਗੀ ਵੀ ਸਿੱਖਾਂ ਦੇ ਵਿੱਚੋਂ ਸਾਰੇ ਧਰਮ ਨਿਕਲੇ ਤੇ ਤੂੰ ਗਧਾ ਪਤਾ ਨਹੀਂ ਕਿਉਂ ਬਕਵਾਸ ਕਰਦਾ ਰਹੀ ਨਾ, ਤੇਰੇ 'ਚ ਦਮ ਹੈਗਾ ਤੇ ਆ ਬਕਵਾਸ ਨਾ ਕਰਿਆ ਕਰ ਚੰਗਾ। ਤੇਰੇ ਵੀ ਵੱਡ ਵਡੇਰੇ ਜਿਹੜੇ ਗੁਰੂਆਂ ਨੂੰ ਗੁਰੂਆਂ ਨੂੰ ਪੂਜਦੇ ਰਹੇ, ਤੂੰ ਪਤਾ ਨਹੀਂ ਗੰਦੀ ਲਾਦ ਕਿੱਥੋਂ ਨਿਕਲਣਾ ਆ। ਗਧਿਆ, ਤੇਰਾ ਕੋਈ ਕੰਮ ਹੈਗਾ? ਔਰ ਬਕਵਾਸ ਕਰਨ ਤੋਂ ਬਗੈਰ ਤੈਨੂੰ ਕੋਈ ਕੰਮ ਨਹੀਂ ਹੈਗਾ, ਤੇਰਾ ਕੰਮ ਆ ਤੂੰ ਇਕੱਲਾ ਖੋਤਾ ਇੱਕ ਹਿਣਕ ਦਿੰਦਾ ਵਾ ਤੇ ਸਾਨੂੰ 20 ਜਣਿਆਂ ਨੂੰ ਬੋਲਣਾ ਪੈਂਦਾ, 100 ਸਾਨੂੰ ਵੀ ਫੋਨ ਆ ਜਾਂਦੇ ਆ ਇੱਧਰੋਂ ਉੱਧਰੋਂ ਫੋਨ ਆਉਂਦੇ ਵੀ ਗਧੇ ਨੂੰ ਜਵਾਬ ਦਿਓ। ਗਧਿਆ, ਤੇਰੇ 'ਚ ਦਮ ਨਹੀਂ ਹੈਗਾ, ਜੇ ਤੇਰੇ 'ਚ ਵਾਕਿਆ ਤੂੰ ਆਪਣੇ ਪਿਓ ਦਾ ਪੋਤੇ ਆ ਨਾ, ਐਰਕਾ ਸਾਬਤ ਕਰਦੇ, ਤੂੰ ਐਲਾਨ ਕਰਦੇ ਵੀ ਮੈਂ ਚੱਲਿਆ ਬਿਆਸ, ਆਓ ਮੈਂ ਵੇਖਦਾ ਵਾਂ ਕਿਹੜਾ ਮੇਰੇ ਨਾਲ ਲੜਦਾ, ਤੇਰੇ 'ਚ ਦਮ ਹੈਗਾ ਤੇ ਕਰ ਐਲਾਨ। ਬਖਸ਼ੀ ਪਾ ਸਾਰੇ ਮੇਰੇ ਵੀਰ ਸਤਿਕਾਰਯੋਗ ਜੋ ਸਾਰੇ, ਮੈਂ ਬਹੁਤ ਗੁੱਸੇ 'ਚ ਅੱਜ, ਮੇਰਾ ਮੈਂ ਨਾਂ ਨਹੀਂ ਕਿਸੇ ਦਾ ਵੀ ਲੈਣਾ, ਤੁਸੀਂ ਮੇਰੀ ਆ ਜਿਹੜੀ ਵੀਡੀਓ ਆ ਇਹ ਗਧੇ ਦੇ ਕੋਲ ਬਚਾਉਣੀ ਹੈ। ਸਰਦਾਰ ਜਤਿੰਦਰ ਸਿੰਘ ਜੀ, ਸਾਰੇ ਵੀਰ, ਸਾਰੇ ਵੀਰ ਚਾਲ ਸਾਹਿਬ, ਸਾਰੇ ਸਤਿਕਾਰਯੋਗ ਜੋ, ਇਹ ਗਧੇ ਨੂੰ ਜਿਹੜਾ ਗਧੇ ਕੋ ਮੇਰੀ ਵੀਡੀਓ ਪਹੁੰਚਾਓ ਵੀ
गधिया आ जा मेनू टाइम दे, मैं कोई बंदा नहीं नाल लूंगा। ओही पता नहीं की बकवास करता रहिंदा गधा जा, ना इहनू वगा लिया ना मौत इहनू कंजर नू। ओ झूठ जी बंदा है। वाहिगुरु जी का खालसा वाहिगुरु जी की फतेह जी। सिर्फ भाई दया सिंह ही नहीं, होर भी बहुत अजिहे सिंह ने जिहड़े सूरी की इस हरकत तो खुश नहीं है, क्योंकि वह सब यही मानते हैं कि सूरी एजेंसियों का वह बंदा है जिहड़ा समय समय सिर एजेंसियों के कहने के उत्ते अपनी बयानबाजी जारी रखता है और लाइमलाइट के विच रहिंदा ही रहिंदा है, क्योंकि उसने कुछ करना तो नहीं हुंदा, सिर्फ उसने बोल के चुप कर जाना हुंदा है। गुरु रूप गुरु प्यारी खालसा साजी नवाजी साध संगत जी, वाहिगुरु जी का खालसा वाहिगुरु जी की फतेह। दास भाई जगजीत सिंह रियाड़ विद्यार्थी दमदमी टकसाल, जो अज मैं एक विषय ते गल करन जा रहा वा, जो कि पंजाब दे विच एक बंदर बहुत ज़्यादा जड़ी बकवास कर रहा वा, एक कुत्ता बंदा बहुत ज़्यादा भौंक रहा वा, ते उन्हों भौंकण दे बकवास करन दे बहुत पैसे मिलते ने, जिस करके वह बार बार बकवास करता है भौंकता है। ते हुण भी उन्हें बकवास कीती आ कि बार बार यही भौंकता कि 2% सिखा नू 2% दसदा बार बार। तो मैं इस बंदर नू दसना चाहुंदा आ कि जो सिखा नू ये 2% दसदा आ, तो ये इन्हां 2% सिखा दे करके ही अज इन्हां दी होंद आ, अज ये इत्थे टिके होए ने। ते धन गुरु तेग बहादुर महाराज सतगुरु जी ने दिल्ली चांदनी चौंक जा के कुरबानी कीती, कुरबानी दिती, ते तां जा के इन्हां दा धर्म बचिया, नहीं ते इन्हां दा धर्म इत्थे नाम निशान तक नहीं सी रहना। 2% सिखां करके ही इन्हां दी अज होंद है। ते जे मैं गल करां जिहड़ा ये 15 अगस्त दा दिन मनाउंदे आ, तो उहदे विच भी देखण ते 2% सिखां दी कुरबानी आ जिन्हां नूं 2% दसा है। 93% सिखां ने कुरबानियां कीतियां, ते तां करके अज ये 15 अगस्त दा दिन मनाउंदे ने, ये तिरंगा लहराउंदे ने। ये बड़ा वड्डा योधा बनिया फिरदा, सूरमा बनिया फिरदा। मैं दसना चाहुंदा कि 6 जून नूं जदों अपने 100-150 बंदरां दे नाल जदों संत ज्ञानी जरनैल सिंह खालसा महापुरखां दा पुतला साड़न वास्ते आए सी, 100-150 बंदर सन, ते उदों सिर्फ 2 सिंह अगे गए सी, मेरा वड्डा वीर भुपिंदर सिंह ते रणजीत सिंह मजीठा। म्यान दे विच्चों एक सिर्फ श्री साहब खिच के धू के कढ़ी सी, ते 100-150 बंदर उत्थे लभे नहीं, चड्डियां दे विच पूछ लै के ते भज गए, लभे नहीं उत्थे। ये बड़ा वड्डा योधा बनिया फिरदा है, ते बार बार कहिंदा 2% 2% दसदा आ। ते जदों इसने एक सिंह दा मोटरसाइकल बुलट भन्निया अपने बंदरां दे नाल, ते उदों जदों इहदे सिंह दुआले होए, ते अमृतसर शहर छड के ये बंदर चड्डियां दे विच पूछ लै के ते अमृतसर शहर छड के भज गया सी, भगौड़ा हो गया सी। तकरीबन 2 महीने ने अपना चेहरा नहीं किसी नूं विखाया, ते बड़ा वड्डा योधा बनिया फिरदा है। ते मैं इहनूं दसना चाहुंदा कि बार बार साढ़े जख्मां ते लूण ना छिड़क। अगे ही धन गुरु ग्रंथ साहिब महाराज जी दीआं बड़ियां बेदबियां होईआं ने, जो मोर्चा बरगाड़ी चल रहा है, उधरों पंजाब दे विच नशियां ते मुद्दा भगया होया, ये नौजवानां दीआं मौतां हो रहीआं ने। ये ना होवे कि पहला 13 भोग पाउणा पै जावे, ते इस करके तू अकल तो कम लै ते अपनी बकवास बंद कर। जिस दिन सिंघां ने तेनूं हथ ला दिते, ते उदन तू हथ ला ला के वेखना कि कित्थों कित्थों मेरा शरीर लहोया है। ते सिंघां दा धक्किया फिर लभदा नहीं हुंदा। ते वैसे ये जिहड़ा अपने आप च योधा बनिया फिरदा ना,
ਇਹ ਡਰਪੋਕ ਬਹੁਤ ਆ। ਸਿੰਘਾਂ ਤੋਂ ਐਵੇਂ ਚੱਲਦਾ ਕਿ ਜਿਵੇਂ ਇੱਕ ਕਾਂ ਗੁਲੇਲ ਤੋਂ ਚੱਲਦਾ ਹੈ, ਜਿਵੇਂ ਕਾਂ ਗੁਲੇਲ ਤੋਂ ਦੌੜ ਜਾਂਦਾ ਨਾ ਭੱਜ ਜਾਂਦਾ, ਇਹ ਸਿੰਘਾਂ ਤੋਂ ਐਵੇਂ ਚੱਲਦਾ ਹੈ। ਅਤੇ ਸਿੰਘਾਂ ਨੇ ਇਹਨੂੰ 6 ਜੂਨ ਵਾਲੇ ਦਿਨ ਭਜਾਇਆ ਸੀ, ਇਹਦੀਆਂ ਦੌੜਾਂ ਲਾਈਆਂ ਸੀ ਅਤੇ ਲੱਭਾ ਨਹੀਂ ਸੀ 2 ਮਹੀਨੇ ਤੱਕ, ਅਤੇ ਅੱਜ ਵੀ ਕਿਤੇ ਨਾ ਕਿਤੇ ਬੈਠ ਕੇ ਵਾਸ ਕਰ ਜਾਂਦਾ ਜੇ ਇਹਦੇ ਵਿੱਚ ਮਰਦਾਨਗੀ ਆ, ਜੇ ਇਹ ਯੋਧਾ ਬਣਿਆ ਫਿਰਦਾ, ਜੇ ਸੂਰਮਾ ਬਣਿਆ ਫਿਰਦਾ ਅਤੇ ਸਾਡੇ ਸਾਹਮਣੇ ਆਵੇ, ਸਾਡੇ ਸਾਹਮਣੇ ਆਵੇ ਅਤੇ ਇਹਨੂੰ ਅਸੀਂ ਦੱਸੀਏ ਕਿ ਤੂੰ ਕਿੰਨਾ ਕੁ ਵੱਡਾ ਸੂਰਮਾ ਹੈ। ਅਤੇ ਇਹ 2% ਸਿੱਖਾਂ ਕਰਕੇ ਹੀ ਤੁਹਾਡਾ ਜਿਹੜਾ 15 ਅਗਸਤ ਦਾ ਦਿਨ ਮਨਾਇਆ ਜਾ ਰਿਹਾ ਹੈ, ਅਤੇ 2% ਸਿੱਖਾਂ ਕਰਕੇ ਹੀ ਤੁਹਾਡੇ ਧਰਮ ਦੀ ਅੱਜ ਇੱਥੇ ਹੋਂਦ ਆ। ਨਹੀਂ ਤਾਂ ਅੱਜ ਤੁਹਾਡੀਆਂ ਇੱਥੇ ਬੋਦੀਆਂ ਨਹੀਂ ਸੀ ਰਹਿਣੀਆਂ, ਤੁਹਾਡੀਆਂ ਧੋਤੀਆਂ ਜਨੇਊ ਨਹੀਂ ਸੀ ਰਹਿਣੇ, ਅਤੇ ਅੱਜ ਤੂੰ ਹਰ ਹਰ ਮਹਾਂਦੇਵ ਨਹੀਂ ਸੀ ਕਰਨਾ। ਜੇ 2% ਸਿੱਖਾਂ ਨੇ ਕੁਰਬਾਨੀਆਂ ਕੀਤੀਆਂ ਨੇ ਅਤੇ ਅੱਜ ਤੁਸੀਂ ਹਰ ਹਰ ਮਹਾਂਦੇਵ ਕਰ ਰਹੇ ਹੋ, ਮੰਦਰਾਂ ਦੇ ਵਿੱਚ ਤੁਹਾਡੇ ਟੱਲੀਆਂ ਵੱਜ ਰਹੀਆਂ ਨੇ, ਅਤੇ ਮੈਂ ਹਿੰਦੂ ਵੀਰਾਂ ਨੂੰ ਵੀ ਬੇਨਤੀ ਕਰ ਦੇਣੀ ਚਾਹੁੰਦਾ ਕਿ ਹਿੰਦੂ ਵੀਰਾਂ ਦੇ ਨਾਲ ਸਾਡੀ ਕੋਈ ਨਫ਼ਰਤ ਨਹੀਂ, ਪਰ ਇਹਨੂੰ ਨੱਥ ਪਾ ਲੈਣ। ਅਤੇ ਦੂਜੀ ਬੇਨਤੀ ਮੈਂ ਪ੍ਰਸ਼ਾਸਨ ਨੂੰ ਕਰਦਾ ਹਾਂ, ਅਤੇ ਪ੍ਰਸ਼ਾਸਨ ਬਾਅਦ ਵਿੱਚ ਕਹਿੰਦਾ ਕਿ ਜੋ ਸਿੰਘ ਪੰਜਾਬ ਦਾ ਮਾਹੌਲ ਖਰਾਬ ਕਰਦੇ ਨੇ, ਇਹ ਕਿਹੜਾ ਵੀ ਗਲਾਂ ਦੇ ਵਿੱਚ ਫੁੱਲਾਂ ਦੇ ਹਾਰ ਪਾ ਰਿਹਾ ਹੈ, ਪ੍ਰਸ਼ਾਸਨ ਇਹਨੂੰ ਨੱਥ ਪਾਵੇ। ਜੇ ਨਹੀਂ ਪਾ ਰਿਹਾ ਤਾਂ ਅਸੀਂ ਸਮਝਦੇ ਹਾਂ ਕਿ ਪ੍ਰਸ਼ਾਸਨ ਵੀ ਇਹਦੇ ਨਾਲ ਮਿਲਿਆ ਹੋਇਆ ਹੈ, ਸਰਕਾਰਾਂ ਵੀ ਇਹਦੇ ਨਾਲ ਮਿਲੀਆਂ ਨੇ ਜਿਹੜੀ ਇਹ ਬਕਵਾਸ ਕਰ ਰਿਹਾ ਹੈ। ਸਿੰਘ ਕੋਈ ਖਾਲਿਸਤਾਨ ਦਾ ਨਾਰਾ ਲਾ ਦੇਵੇ, ਖਾਲਿਸਤਾਨ ਦੇ ਮੁੱਦੇ 'ਤੇ ਕੋਈ ਬੋਲ ਦੇਵੇ ਅਤੇ ਉਹਨਾਂ 'ਤੇ ਪਰਚੇ ਹੋ ਜਾਂਦੇ ਨੇ, ਉਹਨਾਂ ਨੂੰ ਜੇਲ੍ਹਾਂ ਹੋ ਜਾਂਦੀਆਂ ਨੇ, ਉਹਨਾਂ ਨੂੰ ਤੰਗ ਕੀਤਾ ਜਾਂਦਾ ਹੈ। ਅਤੇ ਇਹ ਜਿਹੜਾ ਸਭ ਤੋਂ ਵੱਡਾ ਬਾਂਦਰ ਜਿਹੜਾ ਬਕਵਾਸ ਕਰ ਰਿਹਾ ਹੈ ਆਏ ਦਿਨ, ਅਤੇ ਇਹਨੂੰ ਪ੍ਰਸ਼ਾਸਨ ਕੋਈ ਨੱਥ ਨਹੀਂ ਪਾ ਰਿਹਾ। ਪਰ ਸਿੰਘਾਂ ਨੇ ਜ਼ਿਆਦਾ ਚਿਰ ਨਹੀਂ ਵੇਖਣਾ, ਕੋਈ ਪ੍ਰਸ਼ਾਸਨ ਦੇ ਵੱਲ ਨਹੀਂ ਵੇਖਣਾ ਕਿ ਇਹਨੂੰ ਨੱਥ ਪਾਵੇਗਾ। ਸਿੰਘਾਂ ਨੇ ਫਿਰ ਆਪਣਾ ਜਿਹੜਾ ਕਾਰਜ ਉਹ ਆਪ ਸੰਭਾਲ ਲੈਣਾ, ਕਿਉਂਕਿ ਗੁਰਬਾਣੀ ਦੇ ਵਿੱਚ ਵੀ ਬਚਨ ਨੇ ਆਪਣ ਹੱਥੀ ਆਪਣਾ ਆਪੇ ਹੀ ਕਾਰਜ ਸਵਾਰੀ ਹੈ। ਸਿੰਘ ਚਾਹੁੰਦੇ ਨੇ ਕਿ ਅਸੀਂ ਕਾਨੂੰਨ ਨੂੰ ਹੱਥ ਦੇ ਵਿੱਚ ਨਾ ਲਈਏ, ਅਸੀਂ ਇਸ ਦੀ ਸੇਵਾ ਨਾ ਕਰੀਏ। ਜਿਸ ਦਿਨ ਸੇਵਾ ਕਰ ਦਿੱਤੀ, ਵਿੱਚ ਨੈਟਵਰਕ ਦੀ ਪ੍ਰੋਬਲਮ ਆ ਗਈ ਸੀ, ਜਿਸ ਦਿਨ ਸਿੰਘਾਂ ਨੇ ਹੱਥ ਲਾ ਦਿੱਤੇ ਉਸ ਦਿਨ ਇਹਦੇ ਕੋਲ ਤੁਰਿਆ ਵੀ ਨਹੀਂ ਜਾਣਾ, ਆਪਣੇ ਪੈਰਾਂ 'ਤੇ ਚੱਲ ਨਹੀਂ ਸਕੇਗਾ। ਇਸ ਕਰਕੇ ਅਸੀਂ ਵਾਰ ਵਾਰ ਬੇਨਤੀਆਂ ਕਰਦੇ ਹਾਂ ਪ੍ਰਸ਼ਾਸਨ ਨੂੰ ਕਿ ਇਸ ਦੁਸ਼ਟ ਬੰਦੇ ਨੂੰ, ਬਾਂਦਰ ਨੂੰ ਨੱਥ ਪਾਈ ਜਾਵੇ, ਜਿਹੜਾ ਵਾਰ ਵਾਰ ਸਿੱਖ ਧਰਮ ਦੇ ਖਿਲਾਫ਼ ਬੋਲਦਾ ਹੈ, ਸੰਤਾਂ ਮਹਾਂਪੁਰਖਾਂ ਦੇ ਖਿਲਾਫ਼ ਬੋਲਦਾ ਹੈ ਅਤੇ ਸਿੱਖਾਂ ਨੂੰ ਅੱਤਵਾਦੀ ਦੱਸਦਾ ਹੈ। ਅਤੇ ਇਹਨੂੰ ਅਸੀਂ ਦੱਸ ਦਈਏ ਕਿ ਜਿਹੜੀ ਇਹ ਖਾਲਿਸਤਾਨੀਆਂ ਦੀ ਗੱਲ ਕਰਦਾ, ਇਹ ਜੋ ਸਤਿਗੁਰਾਂ ਦੇ ਬਚਨ ਨੇ ਅਸੀਂ ਰੋਜ਼ ਪੜ੍ਹਦੇ ਹਾਂ, ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ, ਇਹ ਰਾਜ ਇੱਥੇ ਖਾਲਸੇ ਦਾ ਹੋਣਾ ਆ ਅਤੇ ਉਹਨੂੰ ਕੋਈ ਮਾਈ ਦਾ ਲਾਲ ਵੀ ਡੱਕ ਨਹੀਂ ਸਕਦਾ। ਇਹ ਬਾਂਦਰ ਸੂਰੀ ਇਹ ਕਿਹੜੇ ਬਾਗ ਦੀ ਮੂਲੀ ਹੈ, ਇਹਦਾ ਨਾਮ ਵੀ ਸੂਰੀ ਆ, ਅਤੇ ਸੂਰੀ ਹਮੇਸ਼ਾ ਗੰਦ ਦੇ ਵਿੱਚ ਮੂੰਹ ਮਾਰਦੀ ਆ, ਅਤੇ ਇਹਦੇ ਵਿੱਚੋਂ ਗੰਦ ਹੀ ਮੂੰਹ ਦੇ ਵਿੱਚੋਂ ਨਿਕਲਦਾ, ਬਕਵਾਸ ਨਿਕਲਦੀ ਹੈ, ਕੁੱਤਾ ਭੌਂਕਦਾ ਹੈ। ਅਤੇ ਫਿਰ ਸਿੰਘਾਂ ਨੂੰ ਜਾਚ ਆ ਕਿ ਕਿਵੇਂ ਇਸ ਬਾਂਦਰ ਨੂੰ ਨੱਥ ਪਾਉਣੀ ਆ। ਇਸ ਕਰਕੇ ਮੈਂ ਬੇਨਤੀ ਕਰਨੀ ਚਾਹੁੰਦਾ ਸਾਰੇ ਸਿੰਘਾਂ ਨੂੰ ਕਿ ਜਿਹੜੀ ਵੀਡੀਓ ਇਹ ਸ਼ੇਅਰ ਕਰ ਦਿਓ, ਇਸ ਬਾਂਦਰ ਤੱਕ ਪਹੁੰਚਾਉਣੀ ਆ। ਭਾਵੇਂ ਸਿੰਘਾਂ ਤੋਂ ਬੜਾ ਚਾਲੂ ਹੈ, ਡਰਦਾ ਆ, ਜੇ ਨਹੀਂ ਟਾਈਮ ਦੇ ਸਕਦਾ, ਨਹੀਂ ਆ ਸਕਦਾ ਤਾਂ ਸਾਨੂੰ ਦੱਸੇ ਕਿੱਥੇ ਆਉਣਾ ਆ, ਅਸੀਂ ਇਹਨੂੰ ਜਾ ਕੇ ਆਪੇ ਨੱਥ ਪਾ ਲਵਾਂਗੇ। ਜੇ ਨਹੀਂ ਦੱਸਦਾ ਤਾਂ ਫਿਰ ਸਿੰਘਾਂ ਨੂੰ ਫੜਨਾ ਇਹਨੂੰ ਆਉਂਦਾ ਵਾ, ਇਹਦੇ ਇਹਨੂੰ ਨੱਥ ਪਾਉਣੀ ਆਉਂਦੀ ਆ ਕਿ ਨੱਥ ਕਿਵੇਂ ਪਾਉਣੀ ਆ, ਸਿੰਘ ਫਿਰ ਆਪਣਾ ਕਾਰਜ ਆਪੇ ਕਰ ਲੈਣਗੇ। ਇਸ ਕਰਕੇ ਇਸ ਬਾਂਦਰ ਤੱਕ ਇਹ ਜਿਹੜੀ ਵੀਡੀਓ ਪਹੁੰਚਾ ਦਿਓ, ਦਾਸ ਜਗਜੀਤ ਸਿੰਘ ਰਿਆੜ ਵਿਦਿਆਰਥੀ ਦਮਦਮੀ ਟਕਸਾਲ। ਅਤੇ ਇਹਨੂੰ ਮੈਂ ਇਹ ਵੀ ਦੱਸਦਿਆਂ ਕਿ ਦਮਦਮੀ ਟਕਸਾਲ ਦਾ ਇਤਿਹਾਸ ਪੜ੍ਹ ਕੇ ਦੇਖ ਲਵੇ, ਜਿਹੜੀ ਦਮਦਮੀ ਟਕਸਾਲ ਯੋਧਿਆਂ ਦੀ ਖਾਨ ਆ, ਜੇ ਨਹੀਂ ਪੜ੍ਹ ਸਕਦਾ ਤਾਂ ਕਿਸੇ ਚੰਗੇ ਬੰਦੇ ਦੇ ਕੋਲੋਂ ਦਮਦਮੀ ਟਕਸਾਲ ਦਾ ਇਤਿਹਾਸ ਸੁਣ ਲਵੇ ਕਿ ਕਿਵੇਂ ਬਾਂਦਰਾਂ ਦੀਆਂ ਪੂਛਾਂ ਚੁਕਾਈਆਂ ਨੇ, ਕਿਵੇਂ ਬਾਂਦਰ ਚੱਡਿਆਂ ਦੇ ਵਿੱਚ ਪੂਛਾਂ। ਗੁਰੂ ਪਿਆਰਿਓ, ਅਜਿਹੀਆਂ ਬਿਆਨਬਾਜ਼ੀਆਂ ਦੇ ਉੱਤੇ ਰਿਪਲਾਈਜ਼ ਤੋਂ ਸਾਨੂੰ ਆਪ ਸਤਰਕ ਰਹਿਣ ਦੀ ਲੋੜ ਹੈ, ਆਪ ਬਚਣ ਦੀ ਲੋੜ ਹੈ, ਕਿਉਂਕਿ ਦੂਜਿਆਂ ਦੀਆਂ ਚਾਲਾਂ ਅਸੀਂ ਨਹੀਂ ਸਮਝ ਸਕਦੇ। ਪਰ ਹਾਂ, ਜੇ ਜਵਾਬ ਦੇਣਾ ਹੀ ਹੈ ਤਾਂ ਅਸੀਂ ਇਸ ਤਰੀਕੇ ਨਾਲ ਦਈਏ ਕਿ ਦੁਨੀਆ ਖੜ ਕੇ ਵੇਖੇ। ਪਰ ਉਹ ਜਵਾਬ ਦੇਣ ਵਾਸਤੇ ਸਾਨੂੰ ਸਾਰਿਆਂ ਨੂੰ ਇੱਕਜੁੱਟ, ਇੱਕਮੁੱਠ ਹੋਣਾ ਪਏਗਾ, ਸਾਰੀ ਕੌਮ ਨੂੰ ਇੱਕ ਪਲੇਟਫਾਰਮ ਉੱਤੇ ਇਕੱਠਾ ਹੋਣਾ ਪਏਗਾ, ਤਾਂ ਜੋ ਸੂਰੀ ਵਰਗੇ
किसी भी इंसान की ऐसी हिम्मत पै ही ना सके कि सिख कौम उत्ते कदी उंगल चक सकन या सवालिया निशान लगा सकन या ये कह सकन कि सिख हिंदुआ दे ट्रेंड किते हुए ने या सिखा नूं तां हिंदुआ ने ही पैदा किया है। जे विचार चंगे लगे हुण वीडियो लाइक ते शेयर जरूर करना, बाकी अपनी भावनावां नीचे कमेंट्स ते तुसीं व्यक्त कर सकते हो। वाहिगुरु जी का खालसा, वाहिगुरु जी की फतेह। सिख धर्म की हर गतिविधि अते गुरबाणी वास्ते हुणे सबसक्राइब करो गुरबाणी अखंड बाणी, अते नोटिफिकेशन वास्ते बैल नूं रिंग करो।